ਸਮੂਹ ਪੰਜਾਬੀਆਂ ਵਾਸਤੇ ਇਹ ਬੜੇ ਮਾਣ ਦੀ ਖਬਰ ਹੈ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਨਾਲ ਸੰਬੰਧਿਤ ਪੰਜਾਬਣ ਜੈਸਮੀਨ ਕੌਰ ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਚਮਕਾਇਆ ਹੈ। ਰੁੜਕਾ ਕਲਾਂ ਦੇ ਬਜ਼ੁਰਗ ਰੱਖਾ ਸਿੰਘ ਅਤੇ ਬੀਬੀ ਹਰਬੰਸ ਕੌਰ ਦੀ ਫੁਲਵਾੜੀ ਤੋਂ ਸਰਦਾਰ ਮਨਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੀ ਸਪੁੱਤਰੀ ਜੈਸਮੀਨ ਕੌਰ ਨੇ ਜਰਮਨੀ ਦੇਸ਼ ਦੀ ਜਰਮਨ ਬਾਰਡਰ ਪੁਲਿਸ ਵਿੱਚ ਆਪਣੀ ਥਾਂ ਬਣਾਈ ਹੈ। ਜੈਸਮੀਨ ਕੌਰ ਨੇ ਕਿਹਾ ਕਿ ਜਰਮਨ ਪੁਲਿਸ ਵਿੱਚ ਭਰਤੀ ਹੋਣ ਲਈ ਉਸ ਦੇ ਮਾਤਾ ਪਿਤਾ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਭਰਪੂਰ ਸਹਿਯੋਗ ਵੀ ਦਿੱਤਾ ਹੈ। ਜੈਸਮੀਨ ਕੌਰ ਦੇ ਮਾਤਾ ਪਿਤਾ ਨੇ ਵੀ ਆਪਣੀ ਧੀ ਦੀ ਇਸ ਵਿਲੱਖਣ ਪ੍ਰਾਪਤੀ ਉੱਤੇ ਅਥਾਹ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜ਼ਿਲ੍ਹਾ ਜਲੰਧਰ ਦੇ ਉਹਨਾਂ ਦੇ ਜੱਦੀ ਪਿੰਡ ਰੁੜਕਾ ਕਲਾਂ ਵਿਖੇ ਰਹਿ ਰਹੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜੈਸਮੀਨ ਕੌਰ ਦੀ ਦਾਦੀ ਬੀਬੀ ਗੁਰਪਾਲ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਨੇ ਉਹਨਾਂ ਦੇ ਪਰਿਵਾਰ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਵਧਾਈ ਸੰਦੇਸ਼ ਆ ਰਹੇ ਨੇ। ਜੈਸਮੀਨ ਕੌਰ ਦੀ ਦਾਦੀ ਨੇ ਇੱਕ ਜ਼ਰੂਰੀ ਸੁਨੇਹਾ ਇਹ ਵੀ ਦਿੱਤਾ ਹੈ ਕਿ ਸਭ ਨੂੰ ਆਪੋ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਲਿਖਾਉਣਾ ਜ਼ਰੂਰ ਚਾਹੀਦਾ ਹੈ, ਕਿਉਂਕਿ ਉਹ ਵੀ ਕਿਸੇ ਪੱਖ ਤੋਂ ਪੁੱਤਰਾਂ ਤੋਂ ਘੱਟ ਨਹੀਂ ਅਤੇ ਉਹਨਾਂ ਦੀ ਧੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜਿਸ ਨੇ ਦੁਨੀਆ ਵਿੱਚ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪਿੰਡ ਦੇ ਮੋਹਤਬਰ ਸੱਜਣਾਂ ਨੇ ਵੀ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਾਸਮਿਨ, ਮੇਰਾ ਪਿੰਡ ਰੁੜਕਾ ਕਲਾਂ ਪੰਜਾਬ ਦੇ ਵਿੱਚ। ਮੈਂ ਬੋਰਨ ਹੋਈ ਆ ਜਰਮਨ 'ਚ ਅਤੇ ਮੈਂ ਮੇਰੀ ਸਟੱਡੀ ਖਤਮ ਹੋ ਗਈ ਆ ਅਤੇ ਮੈਂ ਹੁਣ ਜਰਮਨ ਬਾਰਡਰ ਪੁਲਿਸ ਵਿੱਚ ਜੁਆਇਨ ਹੋਈ ਹਾਂ। ਕੀ ਨਾਮ ਆਂਟੀ ਤੁਹਾਡਾ? ਗੁਰਪਾਲ ਕੌਰ। ਕਿਹੜਾ ਪਿੰਡ? ਰੁੜਕਾ। ਅੱਛਾ, ਬਾਹਰ ਕੁੜੀ ਪੁਲਿਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਉਹ ਕੀ ਲੱਗਦੀ ਤੁਹਾਡੀ? ਕੀ ਨਾਮ ਪੋਤੀ ਲੱਗਦੀ? ਕੀ ਨਾਮ ਹੈ ਜੀ? ਉਹਦਾ ਜਸਵੀਰ। ਉਧਰ ਨਹੀਂ ਜੰਮੀ ਪੜੀ? ਹਾਂਜੀ, ਉਧਰ ਹੀ ਜਨਮ ਉਹਦਾ, ਉਧਰ ਲਈ ਆ। ਤੇ ਪਰਿਵਾਰ ਸਾਰਾ? ਸਾਰਾ ਪਰਿਵਾਰ ਉਧਰ ਹੀ। ਇਧਰੋਂ ਗਿਆ ਕਿ ਉਧਰ ਹੀ? ਜਿਹਦੇ ਮਾਂ ਪਿਓ ਇਧਰ ਹੀ ਵਾ, ਇਧਰੋਂ ਗਏ ਆ, ਇਧਰ ਹੀ ਵਿਆਹ ਕੀਤਾ ਸੀਗਾ। ਅੱਛਾ ਜੀ। ਹਾਂਜੀ, ਮਨਜੀਤ ਦਾ ਸੀ, ਇਧਰ ਹੀ ਵਿਆਹ ਕੀਤਾ ਸੀ। ਮੰਮੀ ਡੈਡੀ ਉਹਦੇ ਹੈਗੇ ਸੀ, ਮੈਨੂੰ ਹੀ ਆ ਜੋ ਕੁਛ ਹੈਗੀ ਆ। ਹਾਂਜੀ, ਅਸੀਂ ਹੈਗੇ ਵੀ ਇਕੱਠੇ ਹੀ ਆ, ਅਸੀਂ ਇੱਕ ਘਰ ਰਹਿੰਦੇ ਹਾਂ। ਅੱਛਾ, ਤੁਹਾਨੂੰ ਕਦੋਂ ਪਤਾ ਲੱਗਾ ਕਿ ਪੋਤੀ ਤੁਹਾਡੀ ਪੁਲਿਸ ਦੇ ਵਿੱਚ ਸਿਲੈਕਟ? ਹਾਂਜੀ, ਉਹਨਾਂ ਨੇ ਸਾਨੂੰ ਫਿਰ ਪਾਇਆ ਸੀਗਾ ਫੋਨ 'ਚ। ਅੱਛਾ ਜੀ। ਹਾਂਜੀ, ਫੋਟੋ ਭੇਜੀ ਸੀ? ਹਾਂਜੀ, ਫੋਟੋ ਭੇਜੀ ਸੀ, ਫੋਟੋ ਭੇਜੀ ਸੀਗੀ। ਅਤੇ ਬੋਲਿਆ ਨੇ ਉਹਦੇ ਡੈਡੀ ਮੰਮੀ ਡੈਡੀ ਕੀ ਕਰਦੇ? ਮੰਮੀ ਡੈਡੀ ਵੀ ਨਾਲ ਸੀਗੇ। ਹਾਂ, ਠੀਕ ਆ। ਕਹਿੰਦੇ ਉਹ ਕੀ ਕਰਦੇ ਉੱਥੇ? ਉੱਥੇ ਉਹ ਆਪਣਾ ਕੰਮ ਕਰਦੇ ਆ, ਰੈਸੀਡੈਂਟ ਕਰਦਾ ਉਹਨਾਂ ਦਾ। ਅੱਛਾ ਜੀ। ਹਾਂਜੀ, ਗੱਡੀ ਚਲਾਉਂਦਾ ਮੇਰਾ ਮੁੰਡਾ। ਹੋਰ ਕੌਣ ਕੌਣ ਉਹਦੇ ਪਰਿਵਾਰ ਦੇ ਵਿੱਚ ਜੈਸਮਿਨ ਦੇ? ਹੋਰ ਪਰਿਵਾਰ 'ਚ ਕੋਈ ਨਹੀਂ, ਮਾਂ ਪਏ ਆ, ਦੋਵੇਂ ਭੈਣਾਂ, ਇੱਕ ਭਰਾ ਛੋਟਾ ਆ, ਧੰਦ ਵੀਰ ਉਹਦਾ ਨਾਂ, ਬੜੀਆ ਨਾ ਪਵਨਦੀਪ। ਅੱਛਾ, ਉੱਥੇ ਪਤਾ ਲੱਗਾ ਜਦੋਂ ਫਿਰ ਪਿੰਡ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ? ਹਾਂਜੀ, ਸਾਨੂੰ ਉਦੋਂ ਹੀ ਫੋਨ ਕਰ ਦਿੱਤਾ ਸੀ ਉਹਨਾਂ ਨੇ। ਮਾਹੌਲ ਕਿੱਦਾਂ ਦਾ ਸੀਗਾ ਜਦੋਂ ਪਤਾ ਲੱਗਾ ਕਿ ਉਹ ਪੁਲਿਸ ਦੇ ਵਿੱਚ? ਮਾਹੌਲ ਬਹੁਤ ਵਧੀਆ ਸੀਗਾ। ਖੁਸ਼ੀ ਸੀ ਪਰਿਵਾਰ ਦੇ ਵਿੱਚ? ਹਾਂਜੀ, ਖੁਸ਼ੀ ਸੀ ਬਹੁਤ, ਸਾਨੂੰ ਖੁਸ਼ੀ ਬਹੁਤ ਹੋਈ ਅਤੇ ਸਾਰਿਆਂ ਨੇ ਫਿਰ ਸਿਲੈਕਟ ਕਰ ਦਿੱਤਾ, ਫੋਨ ਕਰ ਦਿੱਤੇ ਸਾਰਿਆਂ ਨੂੰ। ਤਾਂ ਉਹ ਕਹਿੰਦੇ ਬਹੁਤ ਸੋਹਣਾ। ਫਿਰ ਮਨਜੀਤ ਨੂੰ ਫੋਨ ਕੀਤਾ, ਕਹਿੰਦਾ ਤੇਰੀ ਪੋਤੀ ਗੁਆਈ ਆ। ਮੈਂ ਕਿਹਾ ਮੇਰੀ ਤਾਂ ਪੋਤੀ ਫਿਰ ਲਵਾਂ। ਹਾਂ, ਬਹੁਤ ਖੁਸ਼ ਹੋਏ ਸਾਰੇ। ਪੰਜਾਬੀ ਹੁਣ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਮੱਲਾਂ ਮਾਰ ਰਹੇ ਆ, ਉੱਥੇ ਜਾ ਕੇ ਸਿਲੈਕਟ ਹੋ ਰਹੇ। ਪਿੰਡ ਵੱਲੋਂ ਵੀ ਫਿਰ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ? ਵਧਾਈਆਂ ਦੇਣ ਆਏ ਆ ਫਿਰ ਲੋਕ? ਹਾਂਜੀ ਹਾਂਜੀ ਹਾਂਜੀ, ਆਨਗੋੜ ਆਇਆ ਸੀ ਜਿੱਦਾਂ ਜਿੱਦਾਂ ਪਤਾ ਲੱਗਿਆ, ਉਹਨੇ ਦੱਸਿਆ ਸੀ। ਮਾਤਾ, ਜਿੱਦਾਂ ਤੁਹਾਡੇ ਵੇਲਿਆਂ ਵਿੱਚ ਸੀਗਾ, ਪਹਿਲਾਂ ਸਿਰਫ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸੀਗੇ? ਹਾਂਜੀ। ਅੱਜ ਬੱਚੇ ਪੜ੍ਹਦੇ ਆ, ਦੇਖੋ ਵਿਦੇਸ਼ਾਂ ਦੇ ਵਿੱਚ ਜਾ ਕੇ ਨਾਂ ਰੋਸ਼ਨ ਕਰ ਰਿਹਾ। ਕੀ ਲੋਕਾਂ ਨੂੰ ਕੀ ਸੰਦੇਸ਼ ਦਊਂਗੇ? ਹਾਂਜੀ, ਰੋਸ਼ਨ ਕੀਤਾ ਉਹਨੇ ਦਾਦੀ ਬਾਬੇ ਦਾ, ਸਾਡਾ ਰੋਸ਼ਨ ਸਾਂਭਲਾ ਕੀਤਾ। ਨਹੀਂ, ਬਾਕੀ ਲੋਕਾਂ ਨੂੰ ਕੀ ਸੰਦੇਸ਼ ਦਊਂਗੇ ਵੀ ਜਿਹੜੇ ਬੱਚਿਆਂ ਨੂੰ ਪੜ੍ਹਾਉਣ, ਜਿਹੜੇ ਬੱਚੇ ਆਪਣੇ ਕੁੜੀਆਂ ਨੂੰ ਪੜ੍ਹਾਉਣਾ ਚਾਹੀਦਾ ਆਪਾਂ? ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਆ, ਕਿ ਉਹ ਦੇਸਾਂ ਪ੍ਰਦੇਸਾਂ ਵਿੱਚ ਬੱਚੇ ਜਾ ਸਕਦੇ ਆ, ਹੈਗਾ ਪੜ੍ਹਾਈ 'ਚ ਹੀ ਆ ਸਾਰਾ ਕੁਛ, ਜੋ ਕੁਛ ਵੀ ਹੈਗਾ। ਹਾਂਜੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਪੰਜਾਬੀਆਂ ਅਤੇ ਸਿੱਖਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਜਾ ਕੇ ਵੱਡੀਆਂ ਤਰੱਕੀਆਂ ਕੀਤੀਆਂ ਹਨ,
अमेरिका अंदर, कैनेडा अंदर, इंग्लैंड अंदर, आस्ट्रेलिया, न्यूजीलैंड, दुनिया के जिस कोने विच भी पंजाबी वसदे आ उन्होंने वड्डियां प्राप्तियां कीतियां ने। ते अज सानू इस गल की खुशी है कि पिंड रुड़का कलां तो स्वर्गवासी सरदार रखा सिंह जी, माता हरबंस कौर जी, तिना दे सपुत्र साडा छोटा वीर मनजीत सिंह, उन्हां दी जीवन साथन बीबी सरजीत कौर जो लंबे समय तो यूरोप अंदर जर्मन अंदर रह रहे ने अते उत्थे अपना कारोबार कर रहे ने, उन्हां दी बेटी साडी भतीजी जैसमीन कौर जिन्हें पुलिस बॉर्डर अंदर ज्वाइनिंग की आ, सानू इस गल की खुशी आ, वधाई आ कि अगे भी रुड़का कलां तो बहुत सारे जिहड़े नौजवान ने, साडियां बच्चियां ने, साडे पिंड दा नाम जिन्होंने उच्चा किया है इंग्लैंड, कैनेडा, अमेरिका की धरती उत्ते ते यूरोप अंदर, ये साडी बेटी ने जो है ग्रेजुएशन करके और कोर्स करके इन्हें पुलिस ज्वाइन की है, पुलिस बॉर्डर दे विच अज ज्वाइन किया है। तो असी रुड़का कलां विच इस गल की खुशी महसूस कर रहे हैं ते अपने ही परिवार को छोटा वीर मनजीत सिंह ते बीबी सरजीत कौर अते उन्हां दे समुचे परिवार को पिछे रहिंदे हुए उन्हां दे सत्कारयोग चाची जी बीबी गुरपाल कौर जी समुचे परिवार को असी बहुत बहुत बधाई देने हां ते पंजाब वासियां नूं ये बड़ी एक खुशी वाली गल आ कि यूरोप अंदर पिंड रुड़का कलां दा नाम उच्चा होया है। वाहिगुरू जी का खालसा, वाहिगुरू जी की फतेह।